ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੋਈ ਸਾਡੇ ਸਾਹਮਣੇ ਗੁਆਂਢੀ ਨੇ, ਇਹਨਾਂ ਦੇ ਪ੍ਰੋਗਰਾਮ ਹੈ ਅਤੇ ਇਹਨਾਂ ਨੇ ਸਾਨੂੰ, ਅਸੀਂ ਹਲੇ ਕੱਲ੍ਹ ਹੀ ਆਏ ਹਾਂ, ਅੱਜ ਸਾਨੂੰ ਡੱਬਾ ਦੇ ਗਏ ਅਤੇ ਅਸੀਂ ਇਹਨਾਂ ਦੇ ਪ੍ਰੋਗਰਾਮ 'ਚ ਆਵਾਂਗੇ, ਤੁਹਾਡੇ ਨਾਲ ਸ਼ੇਅਰ ਕਰਾਂਗੇ। ਵਾਹਿਗੁਰੂ ਜੀ ਰਾਤ ਇਹਨਾਂ ਨੇ ਹੀ ਜਦੋਂ ਅਸੀਂ ਆਏ ਹਾਂ ਉਦੋਂ ਤੋਂ ਬਾਅਦ ਇਹ ਡੈਕੋਰੇਸ਼ਨ ਕਰੀ ਹੈ। ਸਰਦਾਰ ਜੀ ਡੱਬਾ ਦੇ ਕੇ ਗਏ ਨੇ ਸਾਹਮਣੇ ਵਾਲੇ, ਆ ਜਾਓ। ਡੱਬਾ ਦਿੱਤਾ ਇਹਨਾਂ ਨੇ, ਪੈਕ ਕੀਤਾ ਹੋਇਆ ਅਤੇ ਹੁਣ ਇਹਨੂੰ ਖੁੱਲ੍ਹ ਕੇ ਦੇਖਾਂਗੇ ਕਾਹਦਾ ਇਹ ਡੱਬਾ, ਠੀਕ ਹੈ ਜੀ। ਅਤੇ ਫਿਰ ਆਪਾਂ ਤਿਆਰੀ ਕਰਦੇ ਇਹਨਾਂ ਦੇ ਪ੍ਰੋਗਰਾਮ 'ਤੇ ਜਾਣ ਦੀ। ਵਾਹਿਗੁਰੂ ਜੀ, ਜਿਵੇਂ ਕੱਲ੍ਹ ਅਸੀਂ ਆਏ ਸੀਗੇ ਅਤੇ ਜਦੋਂ ਇਹਨਾਂ ਨੇ ਦੇਖਿਆ ਵੀ ਅੱਗੇ ਵੀ ਅਸੀਂ ਇੱਥੇ ਆਉਂਦੇ ਹਾਂ, ਆ ਕੇ ਸਫਾਈਆਂ ਕਰਕੇ ਮੁੜ ਜਾਂਦੇ ਹਾਂ, ਅਤੇ ਫਿਰ ਇਹ ਸਪੈਸ਼ਲੀ ਵਿਚਾਰੇ ਡੱਬਾ ਲੈ ਕੇ ਆਏ ਅਤੇ ਇਹਨਾਂ ਨੇ ਇਨਵਾਈਟ ਕੀਤਾ ਕਿ ਸਾਡੇ ਪ੍ਰੋਗਰਾਮ 'ਚ ਆਓ। ਅਤੇ ਹੁਣ ਰਾਤ ਨੂੰ ਰਿਸੈਪਸ਼ਨ ਹੈ, ਪਾਰਟੀ ਹੈ, ਉਹਦੇ 'ਤੇ ਜਾਵਾਂਗੇ। ਇਹ ਲਓ ਜੀ, ਇਹ ਹੈਗਾ ਮਿਕਸ ਗੁਲਾਬ ਜਾਮਣ ਬਰਫੀ ਲੱਡੂ, ਬਹੁਤ ਸੋਹਣੀ ਪੈਕਿੰਗ ਹੈ। ਇਹ ਦੇਖੋ ਹੁਣੇ ਤੁਹਾਡੇ ਸਾਹਮਣੇ ਹੀ ਖੁੱਲ੍ਹੇ, ਅਤੇ ਜਦੋਂ ਆਪਾਂ ਰਾਤ ਨੂੰ ਜਾਵਾਂਗੇ ਤਿਆਰ ਹੋ ਕੇ ਉਹ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਹੁਣ ਮੈਂ ਆਪਣਾ ਅਤੇ ਸਰਦਾਰ ਜੀ ਦਾ ਸੂਟ ਦੇਖਾਂ, ਕੱਪੜੇ ਦੇਖਾਂ ਪਹਿਲਾਂ, ਦੂਜਾ ਹੋਰ ਕੰਮ ਨਿਬੇੜਾਂ ਉਸ ਤੋਂ ਬਾਅਦ, ਠੀਕ ਹੈ ਜੀ। ਸਵੈਟ ਸ਼ਰਟ ਪ੍ਰੈਸ ਕਰੂੰਗੀ, ਇਹ ਇਹਨਾਂ ਦੀ ਪੈਂਟ, ਇਹ ਸ਼ਰਟ, ਇਹ ਲਾਲ ਸੂਟ ਮੇਰਾ। ਅਤੇ ਵਾਹਿਗੁਰੂ ਜੀ ਸਾਨੂੰ ਨਾ ਉੱਪਰ ਇੱਕ ਪ੍ਰੈਸ ਵਾਲਾ ਟੇਬਲ ਵੀ ਹੈਗਾ ਅਤੇ ਉਹਦੇ 'ਤੇ ਦੇਖਦੇ ਹਾਂ ਪ੍ਰੈਸ ਲਾ ਕੇ ਪ੍ਰੈਸ ਕਰਾਂਗੇ। ਇਹ ਵਾਲਾ ਸੂਟ ਮੇਰਾ ਜਿਹੜਾ ਰੈੱਡ, ਇਹ ਮੈਂ ਸਲਵਾਰ ਨਾਲ ਪਾਉਂਗੀ ਅੱਜ ਸਲਵਾਰ ਸੂਟ, ਇਹ ਦੇਖੋ। ਅਤੇ ਇਹਦੇ ਹੁਣ ਮੈਂ ਇਹ ਕੱਪੜੇ ਲੈ ਕੇ ਉੱਪਰ ਚੱਲਾਂ, ਮਾਊ ਚੱਲੀਏ ਉੱਥੇ ਪ੍ਰੈਸ ਪ੍ਰੂਸ ਕਰਕੇ। ਫਿਰ ਕਈ ਵਾਰ ਮੌਸਮ ਖਰਾਬ ਹੋ ਜਾਂਦਾ, ਲਾਈਟ ਨਹੀਂ ਹੁੰਦੀ, ਟਾਈਮ ਨਹੀਂ ਹੁੰਦਾ, ਬਸ ਐਵੇਂ ਨਾ ਆ ਜਾਓ। ਇਹ ਵਾਹਿਗੁਰੂ ਜੀ ਬੈਡਸ਼ੀਟ ਚੇਂਜ ਕਰੀਏ, ਇਹ ਉੱਪਰ ਧੋ ਕੇ ਆਊਂਗੀ ਫਿਰ ਕੱਪੜੇ, ਇਹ ਇੱਥੇ ਸਿਰ 'ਤੇ ਹੱਥੀ ਚੱਕਦੀ ਆ ਫਿਰ ਮੈਂ, ਠੀਕ ਹੈ ਜੀ। ਆ ਜਾਓ ਸਰ। ਵਾਹਿਗੁਰੂ ਜੀ ਲੈਟ ਖਰਾਬ ਹੋਣੀ, ਠੀਕ ਕਰਾ ਲਾਂਗੇ। ਫਿਰ ਚਲੇ ਵੀ ਕਰ ਲਾਂ ਹੁਣ ਤੁਸੀਂ ਵੀ। ਹਾਂ ਮੈਂ ਕਰ ਲਾਂ, ਲੱਗਦਾ ਚੱਲਦਾ ਹੁਣ ਉਹਨਾਂ ਪਲੇਸਾਂ। ਹਾਂ ਲਾ ਦੇਖ ਲਓ, ਦੇਖੋ। ਪਹਿਲਾਂ ਮੈਂ ਇਹ ਚੱਦਰ ਵਿਛਾਵਾਂ ਉੱਪਰ ਤੇ ਇਹ ਆਪਾਂ ਕਿੱਥੇ ਰੱਖਣਾ, ਕੁਰਸੀ ਲੈ ਲਈ ਚਾ, ਮੈਂ ਲੈ ਕੇ ਆਵਾਂਗਾ, ਮੈਂ ਲੈ ਕੇ ਆਵਾਂਗਾ। ਇਹ ਪ੍ਰੈਸਾਂ ਉੱਥੇ ਲੱਗਿਆ ਹੋਇਆ ਸੀ, ਕਰਦੇ ਹੋਣੇ ਉਹ, ਤੇ ਪਰ ਸਾਨੂੰ ਜਾਂ ਖਰਚਾ ਨਹੀਂ ਚੱਲਦੀਆਂ ਨਹੀਂ ਹੈਗੀਆਂ, ਇੱਥੇ ਚੱਲ ਰਹੀਆਂ, ਫਿਰ ਅਸੀਂ ਇੱਥੇ ਲਾ ਲਿਆ। ਇਹ ਵੀ ਠੀਕ ਕਰਾਉਣੀ ਪੈਣੀ ਆ ਲੱਗਦਾ, ਅਤੇ ਹੁਣ ਸਭ ਤੋਂ ਪਹਿਲਾਂ ਮੈਂ ਚੈਦਰ ਨੂੰ ਪ੍ਰੈਸ ਕਰਾਂ, ਫਿਰ ਦੇਖ ਵੀ ਵੱਧ ਲੈ ਹੋਏ ਨੇ। ਹੁਣ ਜਿਵੇਂ ਪਿੰਡੋ ਸਮਾਨ ਲੈ ਲੋ ਕੇ ਆਉਂਦੇ ਹਾਂ ਨਾ, ਇਕੱਠਾ ਹੋ ਗਿਆ ਹੁੰਦਾ, ਮਲ ਤਾਂ ਨੋਰਮਲੀ ਪੈ ਜਾਂਦੀ। ਵਾਹਿਗੁਰੂ ਜੀ, ਵੈਸੇ ਤਾਂ ਪ੍ਰੈਸ ਵਾਲੇ ਮੈਨੂੰ ਵਾਧੂ ਮਿਲ ਜਾਂਦੇ ਨੇ ਸ਼ਹਿਰਾਂ 'ਚ ਕਰਨ ਵਾਸਤੇ, ਅਤੇ ਪਰ ਮੈਨੂੰ ਇੰਨਾ ਭੇਜਿਆ ਨਹੀਂ ਹੈਗਾ, ਠੀਕ ਹੈ ਜੀ, ਖੁਦ ਹੀ ਕਰ ਲੈਂਦੇ ਹਾਂ ਪ੍ਰੈਸ ਲੈ ਆਏ ਜੀ। ਵਾਹਿਗੁਰੂ ਜੀ ਉਹ ਸੂਟ ਹੈ ਜਿਹੜਾ ਪਹਿਲੇ ਹੀ ਵੈਸੇ ਕੋਈ ਵੀ ਲਿਆ ਹੈਗਾ, ਠੀਕ
ਜਿਹੜੀ ਭਾਰੀ ਪ੍ਰੈਸਾਂ ਹੁੰਦੀਆਂ ਨੇ ਉਹ ਜ਼ਿਆਦਾ ਕਰੀਮ ਜੀ ਬਣਾ ਦਿੰਦੇ ਨੇ। ਚਲੋ ਜਿਹਾ ਜਿਹਾ ਹੋਊਗਾ ਫਿਰ ਅਸੀਂ ਕੰਮ ਸਾਰੂ ਜਿਹਾ ਹੋਊਗਾ। ਵੈਸੇ ਉੱਪਰ ਦੀ ਕੋਟੀ ਸਵੈਟਰ ਤਾਂ ਪਾਉਣੀ ਪੈਣੀ, ਠੰਡ ਬਹੁਤ ਹੁੰਦੀ ਹੈ ਅਤੇ ਰਾਤ ਲੱਗਦੀ ਵੀ ਜ਼ਿਆਦਾ ਜਿਵੇਂ ਨਾਈਟ ਪਾਰਟੀ ਹੋਵੇ। ਠੀਕ ਹੈ ਜੀ, ਵਾਹਿਗੁਰੂ ਜੀ। ਸ਼ਰਟ ਪ੍ਰੈਸ ਹੋ ਗਈ ਬਿਲਕੁਲ ਬਲ ਨਿਕਲ ਕੇ, ਅਤੇ ਇਸੇ ਤਰ੍ਹਾਂ ਸਾਰੇ ਕੱਪੜੇ ਪ੍ਰੈਸ ਕਰ ਦਿੰਦੀਆਂ ਵਾਰੀ ਵਾਰੀ। ਠੀਕ ਹੈ ਜੀ, ਕਰ ਲਾ ਪ੍ਰੈਸ ਸੜੂਗਾ ਤਾਂ ਹਲਕੀ ਹਲਕੀ ਕਰ ਲੈ, ਹਲਕੀ ਥੋੜ੍ਹਾ ਜਿਹਾ ਕਰੀਚੀ ਬੜੀ ਹੁੰਦੀ ਹੈ ਬਲ ਜੀ ਨਿਕਲ ਜਾਣਗੇ। ਹਾਂ ਬੰਦ ਕਰਕੇ ਕਰ ਲਈ ਫਿਰ ਜਾਂ ਤੇਜ਼ ਜਾਂ ਸਾੜ ਜਾਂਦੀ ਹੈ। ਓਕੇ ਵਾਹਿਗੁਰੂ ਜੀ। ਇਹ ਵੈਸੇ ਮੈਂ ਕਦੇ ਲਾ ਲੈਂਦੀ ਹਾਂ ਪ੍ਰੈਸ ਅਤੇ ਕਦੇ ਬੰਦ ਕਰ ਦਿੰਦੀ ਹਾਂ। ਮਤਲਬ ਕਿ ਚਨੋਨ ਦਾ ਦੁਪੱਟਾ ਹੁਣ ਐਵੇਂ ਦੇ ਵਧੀਆ ਦੁਪੱਟੇ ਦਾ ਧੋਕੇ ਵੀ ਨਹੀਂ ਆਪਾਂ ਪਾ ਸਕਦੇ ਹੈਗੇ ਹੈ ਨਾ, ਅਤੇ ਫਿਰ ਥੋੜ੍ਹਾ ਡਰਜਾ ਵੀ ਲੱਗ ਰਿਹਾ ਪ੍ਰੈਸ ਕਰਦੇ। ਫਿਰ ਜਿਵੇਂ ਹੁਣ ਚੱਕ ਕੇ ਲੈ ਕੇ ਆਏ ਹਾਂ ਥੋੜ੍ਹਾ ਸਮਾਨ ਜਿਹਾ, ਫਿਰ ਬਹੁਤ ਵੱਡ ਹੋ ਗਿਆ ਇਹਦੇ 'ਚ, ਅਤੇ ਮੈਂ ਫਿਰ ਬੰਦ ਕਰ ਕਰਕੇ ਹੁਣ ਐਵੇਂ ਪ੍ਰੈਸ ਕਰ ਲੈਂਦੀ ਹਾਂ। ਫਿਰ ਸ਼ਾਈਨ ਜੀ ਆ ਜਾਂਦੀ ਹੈ ਕੱਪੜੇ 'ਚ ਪ੍ਰੈਸ ਨਾਲ। ਠੀਕ ਹੈ ਜੀ, ਵਾਹਿਗੁਰੂ ਜੀ। ਮੇਰੇ ਕੱਪੜੇ ਤਾਂ ਹੋ ਗਏ ਪ੍ਰੈਸ, ਹੁਣ ਸਰਦਾਰ ਜੀ ਦੀ ਕੱਪੜਿਆਂ ਦੀ ਵਾਰੀ ਹੈ। ਸਰਦਾਰ ਜੀ ਦੀ ਸਵੈਟ ਸ਼ਰਟ ਹੈ, ਉੱਪਰ ਦੀ ਜਿਵੇਂ ਬਲੇਜ਼ਰ ਪਾਉਣਾ, ਜਿਵੇਂ ਜੈਕਟ ਪਾਉਣਾ, ਹਰੇਕ ਕੁਛ ਵਧੀਆ ਲੱਗਦਾ। ਹਾਂਜੀ ਠੀਕ ਹੈ ਜੀ, ਸਾਡੇ ਘਰ ਮੇਰੇ ਵੀਰ ਆਏ ਨੇ। ਹੋਰ ਮਨ ਠੀਕ ਠਾਕ ਹੈ? ਹਾਂਜੀ ਠੀਕ ਹੈ। ਫੁੱਫੜੀ ਛੋਟਾ ਜਿਹਾ ਬਿਮਾਰ ਹੋ ਜਾਂਦਾ ਜੀ, ਚਲੋ ਬਿਹਾਰ ਦੇ ਬਹਾਨੇ ਨਾਲ ਆ ਜਾਓ ਹੋ ਜਾਂਦਾ। ਮੈਂਗੋ ਬਣੇ ਨੀ ਹੁੰਦੇ ਜਿਹੜੇ ਪਲਾਸਟਿਕ ਦੇ, ਉਹ ਕਹਿੰਦੇ ਆਹ ਕਿਆ ਹੈ? ਉਹ ਕਹਿੰਦਾ ਮੈਂਗੋ ਆ, ਆਹ ਕਹਿੰਦਾ ਔਰੇਂਜ ਹੈ, ਬਨਾਨਾ ਕਿੱਥੇ ਹੈ? ਆਹ ਪਿਆ ਬੀਬੀ ਜੀ, ਤੁਸੀਂ ਚਾਹ ਪੀ ਲਈ? ਪੁੱਛ ਰਿਹਾ ਤੁਸੀਂ ਚਾਹ ਪੀ ਲੈਤੀ? ਫਿਰ ਉਹਨੇ ਮੈਡਮ ਨੇ ਪੁੱਛਿਆ ਤੇਰੀ ਆਈਸ ਕਿੱਥੇ ਹੈ? ਕਹਿੰਦਾ ਇਹ ਹੈ ਨੋਸ। ਸਾਰੇ ਕੁਝ ਦੱਸ ਦਿਓ, ਤੇਜ਼ ਹੋਏਗਾ ਪੜ੍ਹਨ 'ਚ ਤਾਂ ਜੇ ਉੱਧਰ ਨੀਗਾ ਹੋ ਜਾਏ ਜ਼ਿਆਦਾ। ਹਾਂਜੀ
ਕਰਨਾ ਤੇ ਕੁਝ ਨਹੀਂ।